ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਮਹਾਰਾਜ ਕੀ ਹਾਂਜੀ ਕੀ ਗੱਲ ਹੋਈ ਹੈ ਜੀ? ਕੀ ਗੱਲ ਹੋਈ ਹੈ ਸਰਜੀਤ ਸਿੰਘ ਜੀ? ਗੱਲ ਭਾਜੀ ਮਸ਼ੀਨ ਵਾਲੇ ਲੱਗੇ ਸੜਕ ਬਣ ਗਈ ਸਾਡੇ, ਅਤੇ ਇਹ ਭਤੀਆ ਆ ਅਤੇ ਇਹਨੂੰ ਮੈਂ ਕਿਹਾ ਮੈਂ ਸੱਕੇ ਮਸ਼ੀਨ ਵਾਲਿਆਂ ਨੂੰ ਪਾਣੀ ਪਿਆ ਦੇ, ਇਹਨੇ ਮੈਨੂੰ ਗਾਲ ਕੱਢਤੀ ਪੈਂਦੇ ਆ ਕੁੜੀ ਦੀ, ਕਹਿੰਦਾ ਕੁੜੀ ਆ ਮੈਂ ਨਹੀਂ ਪਿਆਉਣਾ ਜਾ ਜੋ ਕਰਨਾ ਕਰਦਾ। ਉਹ ਮੈਂ ਭਾਜੀ ਇਹਦੇ ਚਪੇੜ ਮਾਰਤੀ, ਇਸ ਤੋਂ ਇਹਦੀ ਮੰਮੀ ਆਣ ਕੇ ਮੇਰੇ ਗਲ ਪੈ ਗਈ, ਇਹੋ ਗੱਲ ਹੋਈ, ਹੋਰ ਤਾਂ ਗੱਲ ਕੁਛ ਨਹੀਂ। ਪਰ ਉਹਨਾਂ ਦਾ ਕਹਿਣਾ ਵਾ ਕਿ ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਆ ਅਤੇ ਉਹਨਾਂ ਨੂੰ ਭਾਜੀ ਮੇਰੇ ਦੋ ਬੱਚੇ, ਮੈਂ ਦੋ ਬੱਚਿਆਂ ਦੀ ਸਹੁੰ ਖਾਂਦਾ, ਇਹ ਵੀ ਗੁਰਦੁਆਰੇ ਮੁੰਡਾ ਲੈ ਆਵੇ। ਜੇ ਕਿਸੇ ਨੇ ਕੇਸਾਂ ਦੀ ਬੇਅਦਬੀ ਕੀਤੀ ਹੋਵੇ ਨਾ, ਇਹਨੂੰ ਕਿਹਾ ਵੀ ਤੂੰ ਹੀ ਬੱਚੇ ਲੈ ਆ ਗੁਰਦੁਆਰੇ, ਮੂੰਹ ਹੀ ਲੈ ਜਾਂਦਾ। ਉਹਨਾਂ ਦਾ ਕਹਿਣਾ ਕਿ 19 ਤਰੀਕ ਨੂੰ ਪਹਿਲਾਂ ਪਰਸੋਂ ਲੜਾਈ ਹੋਈ ਸੀ ਅਤੇ ਅੱਜ ਫਿਰ ਉਹਨਾਂ ਨੇ ਲੇਡੀਜ਼ ਬੁਲਾ ਕੇ, ਅਤੇ ਭਾਜੀ ਅੱਜ ਅਸੀਂ ਨਹੀਂ ਕੀਤੀ, ਇਹਨਾਂ ਪਿੰਡ ਕਿਸੇ ਨੂੰ ਗਾਲੀ ਗਲੋਚ ਕਰਕੇ ਆਏ ਸੀ, ਉਹ ਜਨਾਨੀ ਆਣ ਕੇ ਇਹਨਾਂ ਨਾਲ ਉਹਨਾਂ ਗਾਲੀ ਗਲੋਚ ਕੀਤਾ, ਹੋਰ ਕੋਈ ਗੱਲ ਨਹੀਂ ਹੋਈ। ਅਤੇ ਤੁਸੀਂ ਇਸ ਮਸਲੇ 'ਚ ਕੋਈ ਦਰਖਾਸਤ ਦਿੱਤੀ ਥਾਣੇ? ਦਰਖਾਸਤ ਭਾਜੀ ਕਲਸ਼ੇਰ ਸਿੰਘ ਸੰਬੰਧਿਤ, ਅਤੇ ਉਹਨੂੰ ਵੀ ਇਹਨਾਂ ਗਾਲਾਂ ਕੱਢ ਕੇ ਆਏ ਕੁੜੀਆਂ ਦੀਆਂ, ਉਹਨਾਂ ਦਰਖਾਸਤ ਦਿੱਤੀ ਆ, ਅਸੀਂ ਕੋਈ ਦਰਖਾਸਤ ਨਹੀਂ ਦਿੱਤੀ। ਜਸਬੀਰ ਕੌਰ ਕੀ ਗੱਲ ਹੋਈ ਭਾਜੀ ਜੀ? ਮੇਰੇ ਦਿਓਰ ਨੇ ਮੈਨੂੰ ਕੁੱਟ ਮਾਰ ਕੀਤੀ, ਮੇਰੇ ਬੇਟੇ ਨੂੰ ਵੀ ਕੁੱਟਿਆ, ਮੇਰੇ ਦਿਓਰ ਨੇ ਫੜ ਕੇ ਮੇਰੇ ਘਰ ਵਾਲੇ ਨੇ ਵੀ ਕੁੱਟਿਆ ਸਿੱਧਾ ਸਾਦਾ। ਮੇਰਾ ਬੰਦਾ ਸਿਰਫ 200 ਰੁਪਇਆ ਦਿਹਾੜੀ, ਅੱਜ ਤੀਜਾ ਦਿਨ ਹੋ ਗਿਆ ਉਹ ਰੋਜ਼ ਕੰਮ ਧੰਦੇ ਜਾਂਦਾ, ਆਪਣਾ ਕੰਮ ਉਹਨਾਂ ਦੇ ਠੀਕ ਠਾਕ ਆ, ਉਹਨਾਂ ਦੇ ਟਰਾਲੀ ਟਰੈਕਟ ਚੱਲਣ ਦੇ। ਮੈਂ ਦੱਸ ਆਪਣੇ ਬੱਚਿਆਂ ਨੂੰ, ਹੁਣ ਮੈਨੂੰ ਦੱਸੋ ਮੈਂ ਰੋਟੀ ਕਿੱਥੋਂ ਖਾਵਾਂ? ਮੈਨੂੰ ਇੱਥੋਂ ਦੇ ਥਾਣੇਦਾਰ ਨੇ ਵੀ ਆਖਿਆ ਤੂੰ ਆਪਣੀਆਂ ਮੈਡੀਕਲਾਂ ਕਰਵਾ ਕੇ ਲਿਆ, ਮੇਰੇ ਕੋਲ ਇੰਨੇ ਪੈਸੇ ਨਹੀਂ ਹਸਪਤਾਲਾਂ ਜੋਗੇ ਹੈਗੇ, ਨਾ ਮੈਂ ਮੈਡੀਕਲ ਕਰਵਾਉਣ ਜੋਗੀ ਹਾਂ। ਮੈਂ ਉਸੇ ਹਾਲ ਮੇਰੇ ਸੱਟ ਲੱਗੀ, ਮੈਂ ਮੇਰੇ ਦਿਓਰ ਦਾ ਨਾਂ ਹੈਗਾ ਸਰਬਜੀਤ ਤੇ ਮੈਂਬਰ ਆ, ਤੇ ਬਸ ਦੱਸੋ ਵੀ ਮੈਂਬਰ ਇਹ ਕੰਮ ਨੂੰ ਹੁੰਦੇ ਮੈਂਬਰ ਸਰਪੰਚ ਵੀ ਕਿਸੇ ਦੀ ਕੋਈ ਜਨਾਨੀਆਂ ਨੂੰ ਮਾਰਨਾ, ਤੇ ਮੈਂ ਦੱਸ ਕਿਰਕੋ ਇਨਸਾਫ ਮੰਗਣਾ, ਮੈਂ ਧਰ ਕੋ ਇਨਸਾਫ ਮੰਗਣਾ। ਥਾਣੇ ਵਿੱਚ ਵੀ ਆਈ ਤੇ ਬਸ ਥਾਣੇਦਾਰ ਨੇ ਮੇਰੀ ਕੋਈ ਨਹੀਂ ਗੱਲ ਮੰਨੀ, ਤੇ ਬਸ ਉਹਨੂੰ ਘਰ ਨੂੰ ਘਲਾ ਦਿੱਤਾ ਉਹਨੇ ਘਰ। ਸਰਬਜੀਤ ਸਿੰਘ ਮੈਂਬਰ ਪੰਚਾਇਤ ਆ ਪਿੰਡ ਮਾਨਾ ਵਾਲਾ ਖੁਰਦ, ਉਹਦਾ ਤੇ ਉਹਦੀ ਭਰਜਾਈ ਦਾ ਜਸਬੀਰ ਕੌਰ ਦਾ ਆਪਸ ਵਿੱਚ ਜਿਹੜਾ ਝਗੜਾ ਹੋਇਆ ਵਾ। ਸਾਨੂੰ ਦੋਨਾਂ ਪਾਰਟੀਆਂ ਵੱਲੋਂ ਜਿਹੜੀਆਂ ਵਾ ਦਰਖਾਸਤਾਂ ਜਿਹੜੀਆਂ ਮਿਲਦੀਆਂ ਵਾ, ਅਤੇ ਉਹਨਾਂ ਦੀ ਦਰਿਆਫਤ ਜਿਹੜੀ ਦਰਖਾਸਤ ਦੀ ਪੜਤਾਲ ਚੱਲ ਰਹੀ ਹੈ, ਜਿਹੜਾ ਵੀ ਇਹਦੇ ਵਿੱਚ ਕੋਈ ਕਸੂਰਵਾਰ ਪਾਇਆ ਜਾਊਗਾ ਉਹਦੇ ਖਿਲਾਫ਼ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਅਜੇ ਦੋਨੋਂ ਪਾਰਟੀਆਂ ਅਜੇ ਇਕੱਠੀਆਂ ਨਹੀਂ ਹੋਈਆਂ, ਜੋ ਵੀ ਮੌਕੇ ਦੇ ਉੱਤੇ ਆਪਾਂ ਵੈਰੀਫਾਈ ਕਰਕੇ ਤਸਦੀਕ ਕਰਕੇ ਉਹ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Please subscribe our channel for more updates. You can follow us Twitter and Facebook.